ਸੁਖਬੀਰ ਸਿੰਘ ਬਾਦਲ ਨੇ ਪ੍ਰਦੀਪ ਕਲੇਰ ਦੇ ਦਾਅਵੇ ਨੂੰ ਦੱਸਿਆ ਝੂਠਾ, ਕਿਹਾ ਮੇਰੇ ਖਿਲਾਫ਼ ਝੂਠੇ ਇਲਜ਼ਾਮ ਨਾ ਬਰਦਾਸ਼ਤਯੋਗ। ਅਕਾਲ ਤਖ਼ਤ ਸਾਹਿਬ ਦੇ ਕੋਲ ਵਿਚਾਰਧੀਨ ਮਾਮਲਾ, ਉਹਨਾਂ ਦੇ ਫੈਸਲੇ ਦਾ ਕਰਾਂਗਾ ਇੰਤਜ਼ਾਰ। ਬੇਅਦਬੀ ਕੇਸ ਦੇ ਮੁਲਜ਼ਮ ਪ੍ਰਦੀਪ ਕਲੇਰ ਦਾ ਨਿਊਜ਼ 18 ਦੇ ਉੱਤੇ ਸਨਸਨੀਖੇਜ਼ ਦਾਅਵਾ, ਬੋਲੇ ਰਾਮ ਰਹੀਮ ਨੇ ਸਪਸ਼ਟੀਕਰਨ ਦਿੱਤਾ ਸੀ ਮੁਆਫ਼ੀਨਾਮਾ ਨਹੀਂ। ਖਿਮਾ ਦਾ ਜਾਚਕ ਸ਼ਬਦ ਅਕਾਲੀ ਦਲ ਨੇ ਖੁਦ ਜੋੜਿਆ, ਡੇਰਾ ਮੁਖੀ ਨੇ ਵੀ ਜਿਤਾਇਆ ਸੀ ਇਤਰਾਜ਼। ਪ੍ਰਦੀਪ ਕਲੇਰ ਦਾ ਦਾਅਵਾ, ਰਾਮ ਰਹੀਮ ਤੇ ਸੁਖਬੀਰ ਬਾਦਲ ਦੀਆਂ ਹੋਈਆਂ ਕਈ ਮੁਲਾਕਾਤਾਂ, 2012 ਦੇ ਵਿੱਚ ਚੁੱਪ ਚੁਪੀਤੀ ਡੇਰਾ ਸਿਰਸਾ ਆਏ ਸਨ ਅਕਾਲੀ ਦਲ ਦੇ ਪ੍ਰਧਾਨ, 2017 ਦੀਆਂ ਚੋਣਾਂ ਤੋਂ ਪਹਿਲਾਂ ਵੀ ਦੋ ਵਾਰ ਹੋਈਆਂ ਨਿੱਜੀ ਮੀਟਿੰਗਾਂ। ਸ਼੍ਰੋਮਣੀ ਅਕਾਲੀ ਦਲ ਦੀ ਬਾਗੀ ਧੜੇ ਦੇ ਲੀਡਰਾਂ ਦੇ ਖਿਲਾਫ਼ ਵੱਡੀ ਕਾਰਵਾਈ, ਚੰਦੂਮਾਜਰਾ ਮਲੂਕਾ, ਬੀਬੀ ਜਗੀਰ ਕੌਰ ਸਣੇ ਤਮਾਮ ਵੱਡੇ ਚਿਹਰੇ ਪਾਰਟੀ ਦੇ ਵਿੱਚੋਂ ਕੱਢੇ ਬਾਹਰ, 7 ਹਲਕਿਆਂ ਦੇ ਇੰਚਾਰਜ ਵੀ ਹਟਾਏ। ਅਕਾਲੀ ਦਲ ਦੇ ਵੱਲੋਂ ਕੱਢੇ ਗਏ ਬਾਗੀ ਧੜੇ ਦੇ ਲੀਡਰਾਂ ਦਾ ਪਲਟਵਾਰ, ਕਿਹਾ ਇਹ ਤਾਨਾਸ਼ਾਹੀ ਵਾਲਾ ਫੈਸਲਾ, ਬਿਨਾਂ ਪੱਖ ਸੁਣੇ ਇੱਕ ਤਰਫਾ ਕਾਰਵਾਈ। ਸਤਿ ਸ੍ਰੀ ਅਕਾਲ, ਨਮਸਕਾਰ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ। ਜਦੋਂ ਇੱਕ ਇੰਟਰਵਿਊ ਨੂੰ ਲੈ ਕੇ ਖੂਬ ਬਵਾਲ ਹੋ ਰਿਹਾ ਹੋਵੇ, ਡੇਰਾ ਮੁਖੀ ਦਾ ਜ਼ਿਕਰ, ਮੁਆਫ਼ੀ ਦਾ ਜ਼ਿਕਰ ਹੋ ਰਿਹਾ ਹੋਵੇ ਤੇ ਸਭ ਦੇ ਵਿਚਾਲੇ ਪ੍ਰਧਾਨ ਦੇ ਵੱਲੋਂ ਟਵੀਟ ਕਰਕੇ ਸਾਰੇ ਇਲਜ਼ਾਮਾਂ ਨੂੰ ਝੂਠਾ ਦੱਸਿਆ ਜਾਵੇ, ਫਿਰ ਫਰਕ ਤਾਂ ਪੈਂਦਾ ਹੈ ਜਦੋਂ ਪ੍ਰਧਾਨ ਅਕਾਲੀ ਦਲ ਦੇ ਵੱਲੋਂ ਟਵੀਟ ਕੀਤਾ ਜਾਂਦਾ ਹੈ। ਸ਼ੁਰੂਆਤ ਇਸ ਪੁਆਇੰਟ ਤੋਂ ਕਰਨ ਜਾ ਰਹੇ ਹਾਂ, ਇਸ ਖਬਰ ਦੇ ਨਾਲ ਕਰਨ ਜਾ ਰਹੇ ਹਾਂ, ਕਿਉਂਕਿ ਪ੍ਰਦੀਪ ਕਲੇਰ ਦੇ ਉੱਤੇ ਖੂਬ ਪੂਰਾ ਦਿਨ ਬਵਾਲ ਹੁੰਦਾ ਹੋਇਆ ਨਜ਼ਰ ਆਇਆ ਉਹਨਾਂ ਦੇ ਬਿਆਨਾਂ ਦੇ ਉੱਤੇ, ਪ੍ਰਦੀਪ ਕਲੇਰ ਦੇ ਬਿਆਨਾਂ ਦੇ ਉੱਤੇ, ਤੇ ਪ੍ਰਦੀਪ ਕਲੇਰ ਦੇ ਬਿਆਨ ਦੇ ਉੱਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਜਵਾਬ ਦੇ ਦਿੱਤਾ ਗਿਆ ਤੇ ਦਾਅਵਾ ਕੀਤਾ ਗਿਆ ਕਿ ਪ੍ਰਦੀਪ ਕਲੇਰ ਦੇ ਦਾਅਵੇ ਪੂਰੀ ਤਰ੍ਹਾਂ ਝੂਠੇ ਨੇ। ਇਹ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕਹਿੰਦੇ ਹੋਏ ਨਜ਼ਰ ਆਏ ਨੇ ਤੇ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਕਿ ਮੇਰੇ ਖਿਲਾਫ਼ ਝੂਠੇ ਇਲਜ਼ਾਮ ਕਾਬਲੇ ਬਰਦਾਸ਼ਤ ਨਹੀਂ ਨੇ। ਪ੍ਰਦੀਪ ਕਲੇਰ ਨੂੰ ਸਿਆਸੀ ਹਿੱਤਾਂ ਦੇ ਲਈ ਵਰਤਿਆ ਗਿਆ ਹੈ, ਆਮ ਆਦਮੀ ਪਾਰਟੀ ਤੇ ਵੀ ਸਵਾਲ ਚੁੱਕੇ ਅਕਾਲੀ ਦਲ ਦੇ ਪ੍ਰਧਾਨ ਨੇ ਤੇ ਕਿਹਾ ਕਿ ਮਾਮਲਾ ਅਕਾਲ ਤਖ਼ਤ ਸਾਹਿਬ ਦੇ ਕੋਲ ਵਿਚਾਰ ਅਧੀਨ ਹੈ, ਮੈਂ ਉਹਨਾਂ ਦੇ ਫੈਸਲੇ ਦਾ ਇੰਤਜ਼ਾਰ ਕਰਾਂਗਾ। ਅਕਾਲੀ ਦਲ ਦੇ ਪ੍ਰਧਾਨ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਤੇ ਕਿਹਾ ਕਿ ਇਸ ਪਾਪੀ ਦੇ ਖਿਲਾਫ਼ ਫੈਸਲੇ ਤੋਂ ਬਾਅਦ ਸਖ਼ਤ ਐਕਸ਼ਨ ਲਵਾਂਗਾ, ਯਾਨੀ ਕਿ ਅਕਾਲੀ ਦਲ ਐਕਸ਼ਨ ਮੋਡ ਦੇ ਵਿੱਚ ਲਾਜ਼ਮੀ ਤੌਰ ਤੇ ਪ੍ਰਦੀਪ ਕਲੇਰ ਦੇ ਖਿਲਾਫ਼ ਨਜ਼ਰ ਆ ਸਕਦਾ ਹੈ। ਹਾਲਾਂਕਿ ਅਕਾਲੀ ਦਲ ਦੇ ਪ੍ਰਧਾਨ ਦੋ ਚੀਜ਼ਾਂ ਕਹਿ ਰਹੇ ਨੇ, ਇੱਕ ਤਾਂ ਜਿਹੜੇ ਪ੍ਰਦੀਪ ਕਲੇਰ ਨੇ ਇਲਜ਼ਾਮ ਲਗਾਏ ਨੇ ਕਿ ਮੁਲਾਕਾਤਾਂ ਹੋਈਆਂ ਮੁਆਫ਼ੀ ਨੂੰ ਲੈ ਕੇ, ਕਿ ਡੇਰਾ ਮੁਖੀ ਦੀ ਜਿਹੜੀ ਮੁਆਫ਼ੀ ਹੈ ਉਹ ਚੰਡੀਗੜ੍ਹ ਲੈ ਕੇ ਸੁਖਬੀਰ ਬਾਦਲ ਦੇ ਕੋਲ ਪਹੁੰਚੇ ਸੀ, ਸਪਸ਼ਟੀਕਰਨ ਸੀ, ਉਸਨੂੰ ਮੁਆਫ਼ੀਨਾਮਾ ਬਣਾ ਦਿੱਤਾ ਗਿਆ, ਖਿਮਾ ਦਾ ਜਾਚਕ ਲਿਖ ਦਿੱਤਾ ਗਿਆ, ਤਾਂ ਇਹਨਾਂ ਇਲਜ਼ਾਮਾਂ ਨੂੰ ਮੁਲਾਕਾਤਾਂ ਨੂੰ ਲੈ ਕੇ ਕਲੀਅਰ ਕੀਤਾ ਗਿਆ ਕਿ ਸਾਰੇ ਇਲਜ਼ਾਮ ਝੂਠੇ ਨੇ। ਇਹ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਦਾਅਵਾ ਕੀਤਾ ਹੈ। ਦੂਜਾ ਪੁਆਇੰਟ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਕਾਲ ਤਖ਼ਤ ਸਾਹਿਬ ਦੇ ਕੋਲ ਪੂਰਾ ਮਾਮਲਾ ਹੈ, ਸਰਵਉੱਚ ਸੰਸਥਾ ਇਹ ਸਿੱਖ ਭਾਈਚਾਰੇ ਦੀ, ਔਰ ਉਹਨਾਂ ਦੇ ਕੋਲ ਵਿਚਾਰ ਅਧੀਨ ਹੈ ਫੈਸਲਾ, ਇੱਕ ਕਰਕੇ ਇਸ ਕਰਕੇ ਇੱਕ ਵਾਰੀ ਇੰਤਜ਼ਾਰ ਕਰਾਂਗੇ ਅਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਫੈਸਲੇ ਤੋਂ ਬਾਅਦ ਜਿਹੜਾ ਕਰੜਾ ਐਕਸ਼ਨ ਪ੍ਰਦੀਪ ਕਲੇਰ ਦੇ ਖਿਲਾਫ਼ ਲਿਆ ਜਾਵੇਗਾ। ਆਮ ਆਦਮੀ ਪਾਰਟੀ ਦੇ ਵੀਰਾਂ ਨੇ ਸਵਾਲ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਨੇ, ਖੈਰ ਇਹ ਸਭ ਦੇ ਵਿਚਾਲੇ ਤੁਹਾਨੂੰ ਦਿਖਾਉਂਦੇ ਹਾਂ। ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਲਿਖਿਆ ਕੀ ਹੈ, ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦੇ ਘਿਰਾਉਣੇ ਅਪਰਾਧ ਦੇ ਮੁੱਖ ਦੋਸ਼ੀ ਪ੍ਰਦੀਪ ਕਲੇਰ ਨੂੰ ਆਮ ਆਦਮੀ ਪਾਰਟੀ ਅਤੇ ਹੋਰ ਪੰਥ ਵਿਰੋਧੀ ਧਿਰਾਂ ਦੇ ਸਿਆਸੀ ਹਿੱਤਾਂ ਦੀ ਪੂਰਤੀ ਦੇ ਲਈ ਵਰਤੇ ਜਾਂਦੇ ਦੇਖ ਕੇ ਮੈਂ ਹੈਰਾਨ ਅਤੇ ਦੁਖੀ ਹਾਂ। ਪ੍ਰਦੀਪ ਦੇ ਵੱਲੋਂ ਮੇਰੇ 'ਤੇ ਲਗਾਏ ਗਏ ਬੇਬੁਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੋਸ਼ ਬਿਲਕੁਲ ਝੂਠੇ ਅਤੇ ਪੂਰੀ ਤਰ੍ਹਾਂ ਨਾ ਬਰਦਾਸ਼ਤਯੋਗ ਨੇ।
ਅਤੇ ਖਤਰਨਾਕ ਦਾਅਵਿਆਂ ਤੇ ਸਖ਼ਤ ਇਤਰਾਜ਼ ਕਰਦਾ ਹਾਂ। ਉਹਨਾਂ ਨੇ ਇਹ ਵੀ ਕਿਹਾ ਕਿ ਕਿਉਂਕਿ ਇਹ ਮਾਮਲਾ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੋਲ ਵਿਚਾਰ ਅਧੀਨ ਹੈ, ਮੈਂ ਪਹਿਲਾਂ ਹੀ ਆਪਣੇ ਆਪ ਨੂੰ ਖਾਲਸਾ ਪੰਥ ਦੀ ਸਰਵਉੱਚ ਅਦਾਲਤ ਦੇ ਵਿੱਚ ਸਮਰਪਿਤ ਕਰ ਚੁੱਕਾ ਹਾਂ। ਮੈਂ ਉਹਨਾਂ ਦੇ ਫੈਸਲੇ ਦੀ ਉਡੀਕ ਕਰਾਂਗਾ ਅਤੇ ਇਸ ਤੋਂ ਬਾਅਦ ਇਸ ਪਾਪੀ ਦੇ ਖਿਲਾਫ਼ ਸਖ਼ਤ ਕਾਰਵਾਈ ਕਰਾਂਗਾ। ਹੁਣ ਅੱਗੇ ਵਧਦਿਆਂ ਤੇ ਜ਼ਿਕਰ ਹੋਵੇਗਾ ਬਿਆਨਾਂ ਦਾ ਜੋ ਪ੍ਰਦੀਪ ਕਲੇਰ ਦੇ ਵੱਲੋਂ ਦਿੱਤੇ ਗਏ ਨੇ। ਬੇਅਦਬੀ ਦੇ ਮੁਲਜ਼ਮ ਪ੍ਰਦੀਪ ਕਲੇਰ ਨੇ ਨਿਊਜ਼ 18 ਦੇ ਉੱਤੇ ਸਨਸਨੀਖੇਜ਼ ਖੁਲਾਸੇ ਕੀਤੇ ਨੇ। ਪ੍ਰਦੀਪ ਕਲੇਰ ਨੇ ਸਭ ਤੋਂ ਵੱਡਾ ਦਾਅਵਾ ਰਾਮ ਰਹੀਮ ਦੇ ਮਾਫ਼ੀਨਾਮੇ ਨੂੰ ਲੈ ਕੇ ਕੀਤਾ ਅਤੇ ਕਿਹਾ ਕਿ ਰਾਮ ਰਹੀਮ ਨੇ ਮਾਫ਼ੀ ਨਹੀਂ ਮੰਗੀ ਬਲਕਿ ਸਪਸ਼ਟੀਕਰਨ ਦਿੱਤਾ ਸੀ। ਬਾਅਦ ਦੇ ਵਿੱਚ ਖਿਮਾ ਦਾ ਜਾਚਕ ਸ਼ਬਦ ਨੂੰ ਸੁਖਬੀਰ ਬਾਦਲ ਨੇ ਜੋੜਿਆ, ਜਿਸ ਦੇ ਉੱਤੇ ਰਾਮ ਰਹੀਮ ਨੇ ਵੀ ਇਤਰਾਜ਼ ਜਤਾਇਆ ਸੀ। ਸੁਖਬੀਰ ਬਾਦਲ ਜੀ ਨੂੰ ਕਿਹਾ ਵੀ ਇਸ ਤਰ੍ਹਾਂ ਸਾਡੀ ਫਿਲਮ ਚਲਾਓ, ਵੀ ਸਾਡੀ ਦੂਜੀ ਵੀ ਫਿਲਮ ਆਉਣੀ ਹੈ, ਹੁਣ ਪਹਿਲੀ ਤਾਂ ਚਲਾਈ ਨਹੀਂ, ਵੀ ਸਾਡੇ ਪ੍ਰੋਗਰਾਮ ਵੀ ਕਰਾਓ ਬਾਬਾ ਜੀ ਦੇ ਉੱਥੇ। ਫਿਰ ਉਹ ਕਹਿਣ ਲੱਗੇ, ਕਹਿੰਦੇ ਯਾਰ ਤੁਹਾਡਾ ਉਹ ਵਿੱਚ ਰਹਿੰਦਾ ਹੈ ਮਾਫ਼ੀਨਾਮੇ ਵਾਲਾ, ਵੀ ਤੁਸੀਂ ਕੋਈ ਸਪਸ਼ਟੀਕਰਨ ਜਾਂ ਕੁਛ ਵੀ ਮੈਨੂੰ ਲਿਆ ਕੇ ਦੇ ਦਿਉ, ਮੈਂ ਕਰਾ ਦਾਂਗਾ। ਮਾਂ ਜੀ ਪੱਕੀ ਗੱਲ ਹੈ, ਮੈਂ ਉਹਨਾਂ ਨੂੰ ਕਿਹਾ। ਸੁਖਬੀਰ ਕਹਿਣ ਲੱਗਿਆ ਯਾਰ, ਕਹਿੰਦਾ ਜਿਵੇਂ ਤੁਹਾਡੇ ਸਿਸਟਮ ਦਾ ਉੱਧਰ ਬਾਬਾ ਸਾਰਾ ਕੁਛ ਹੌਲੀ ਹੌਲੀ ਹੈ, ਇੱਧਰਲੇ ਸਿਸਟਮ ਦਾ ਮੈਂ ਕਹਿੰਦਾ ਬਾਬਾ। ਉੱਧਰ ਅਕਾਲੀ ਦਲ ਦੇ ਵੱਲੋਂ ਇਹਨਾਂ ਤਮਾਮ ਇਲਜ਼ਾਮਾਂ ਨੂੰ ਝੂਠਾ ਦੱਸਿਆ ਜਾ ਰਿਹਾ ਹੈ। ਸ਼ਖਸ ਜਿਹੜਾ ਕਿ ਇਸ ਚੀਜ਼ ਦਾ ਦੋਸ਼ੀ ਹੈ ਪ੍ਰਦੀਪ ਕਲੇਰ, ਉਹ ਸ਼ਰੇਆਮ ਡੰਕੇ ਦੀ ਚੋਟ ਤੇ ਪੱਟਾਂ ਤੇ ਹੱਥ ਮਾਰ ਕੇ ਚੈਨਲਾਂ ਤੇ ਬਹਿ ਕੇ ਇੰਟਰਵਿਊ ਦਿੰਦਾ ਔਰ ਗੱਲਾਂ ਕੀ ਕਰਦਾ ਦੂਜਿਆਂ ਤੇ ਲਾਂਛਣਬਾਜ਼ੀ ਦੀਆਂ ਕਿ ਫਲਾਣਾ ਕਦੋਂ ਕਿੱਥੇ ਕਿਹਨੂੰ ਮਿਲਿਆ, ਹਾਲਾਂਕਿ ਉਹਦੀ ਕਿਸੇ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ, ਕੋਰਾ ਝੂਠ ਹੈ। ਪ੍ਰਦੀਪ ਕਲੇਰ ਨੇ ਸੁਖਬੀਰ ਬਾਦਲ ਅਤੇ ਰਾਮ ਰਹੀਮ ਦੇ ਵਿਚਾਲੇ ਹੋਈ ਮੁਲਾਕਾਤ ਨੂੰ ਲੈ ਕੇ ਹੋਰ ਵੀ ਖੁਲਾਸੇ ਕੀਤੇ ਜੋ ਪਿਛਲੀਆਂ ਚੋਣਾਂ ਦੇ ਦੌਰਾਨ ਹੋਈਆਂ ਸਨ। ਤਾਂ ਡੇਰਾ ਮੁਖੀ ਨੂੰ ਮਾਫ਼ੀ ਕਿਉਂ ਦਿੱਤੀ ਗਈ, ਕਿਵੇਂ ਦਿੱਤੀ ਗਈ, ਉਸ ਨੂੰ ਲੈ ਕੇ ਪ੍ਰਦੀਪ ਕਲੇਰ ਦਾਅਵੇ ਬਹੁਤ ਸਾਰੇ ਕਰ ਰਹੇ, ਜਿਸ ਨੂੰ ਅਕਾਲੀ ਦਲ ਦੇ ਵੱਲੋਂ ਨਕਾਰਿਆ ਜਾ ਰਿਹਾ। ਪ੍ਰਦੀਪ ਕਲੇਰ ਨੇ ਇਹ ਵੀ ਦਾਅਵਾ ਕੀਤਾ ਕਿ ਰਾਮ ਰਹੀਮ ਦੀ ਸੁਖਬੀਰ ਬਾਦਲ ਦੇ ਨਾਲ ਕਈ ਮੁਲਾਕਾਤਾਂ ਹੋਈਆਂ। ਨਿਊਜ਼ 18 ਦੇ ਨਾਲ ਐਕਸਕਲੂਸਿਵ ਗੱਲਬਾਤ ਦੇ ਵਿੱਚ ਪ੍ਰਦੀਪ ਕਲੇਰ ਨੇ ਖੁਲਾਸਾ ਕੀਤਾ ਕਿ 2012 ਦੇ ਵਿੱਚ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਰਸਾ ਡੇਰੇ ਦੇ ਵਿੱਚ ਰਾਮ ਰਹੀਮ ਦੇ ਨਾਲ ਮੁਲਾਕਾਤ ਕੀਤੀ ਸੀ ਅਤੇ ਇਸ ਮੁਲਾਕਾਤ ਦੇ ਸਮੇਂ ਉਹ ਡੇਰੇ ਦੇ ਗੇਟ ਦੇ ਉੱਤੇ ਮੌਜੂਦ ਸੀ। ਬਿਲਕੁਲ ਬਿਲਕੁਲ, 2012 ਹਰ ਇਹਨਾਂ ਦਾ ਮਤਲਬ ਹੀ ਕਿਉਂਕਿ ਪੋਲੀਟੀਕਲ ਟਾਈਮ, ਮਤਲਬ ਜਦੋਂ ਇਲੈਕਸ਼ਨਾਂ ਦੇ ਟਾਈਮ ਬੰਦੇ ਨੇ ਆਉਣਾ ਤਾਂ ਸਿਰਫ ਵੋਟਾਂ ਵਾਸਤੇ ਹੀ ਆਉਂਦਾ ਸੀ, ਵੋਟਾਂ ਹੀ ਮੰਗਦੇ ਸੀ ਉਹ ਆ ਕੇ। 2017 ਦੇ ਵਿੱਚ ਤਾਂ ਤੁਸੀਂ ਆਪ ਦੇਖ ਲਓ, ਓਪਨਲੀ ਮੀਟਿੰਗਾਂ ਹੋਈਆਂ ਸਾਡੇ ਬੰਦਿਆਂ ਦੀਆਂ ਤੇ ਇਹਨਾਂ ਦੇ ਕੈਂਡੀਡੇਟਾਂ ਦੀਆਂ, ਸਾਰੇ ਕਿਤੇ ਮੀਟਿੰਗਾਂ ਹੋਈਆਂ, ਇਹ ਤਾਂ ਔਨ ਰਿਕਾਰਡ ਨੇ ਸਾਰੀ ਚੀਜ਼ਾਂ, ਸਾਰੀ ਮੀਡੀਆ ਡੋਮੇਨ 'ਚ ਨੇ ਇਹ ਚੀਜ਼ਾਂ ਸਾਰੀਆਂ। ਪ੍ਰਦੀਪ ਕਲੇਰ ਦਾ ਦਾਅਵਾ ਹੈ ਕਿ 2012, 2014 ਤੇ 2017 ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਡੇਰੇ ਦਾ ਸਾਥ ਮਿਲਿਆ ਸੀ। ਜਦੋਂ ਬਾਬੇ ਦੀ ਪਹਿਲੀ ਫਿਲਮ ਆਈ ਉੱਥੇ, ਜਦੋਂ ਬਾਬੇ ਦੀ ਫਿਲਮ ਨਹੀਂ ਚੱਲੀ ਤਾਂ ਲੋਕਾਂ ਨੇ ਕਿਹਾ ਕਿ ਵੀ ਇੱਥੇ ਫਿਲਮ ਨਹੀਂ ਚੱਲਦੀ ਜੀ, ਇਹ ਬਾਬਾ ਵੀ ਕਹਿਣ ਲੱਗਿਆ ਵੀ ਆਪਣੀ ਫਿਲਮ ਚਲਾਓ, ਗੱਲ ਕਰੋ ਤੁਸੀਂ, ਵੀ ਗੱਲ ਕਿਉਂ ਨਹੀਂ ਕਰਦੇ, ਜਾ ਕੇ ਸੁਖਬੀਰ ਬਾਦਲ ਨੂੰ ਕਹੋ ਵੀ ਆਪਾਂ ਉਹਨਾਂ ਆਪਣੀ ਫਿਲਮਾਂ ਚੱਲੇ ਉੱਥੇ। ਜਦੋਂ ਇਹ ਗੱਲ ਉਹਨਾਂ ਨੇ ਕਹੀ ਵੀ ਤੁਸੀਂ ਜਾ ਕੇ ਸੁਖਬੀਰ ਬਾਦਲ ਨੂੰ ਮਿਲੋ, ਸੁਖਬੀਰ ਬਾਦਲ ਨਾਲ ਗੱਲ ਕਰੋ ਵੀ ਆਪਾਂ ਉਹਨਾਂ ਦੀ ਹਰ ਥਾਂ ਮਦਦ ਕੀਤੀ, ਆਪਾਂ 14 'ਚ ਵੀ ਮਦਦ। ਪ੍ਰਦੀਪ ਕਲੇਰ ਦੇ ਦਾਅਵੇ ਦੇ ਮੁਤਾਬਿਕ ਸੁਖਬੀਰ ਸਿੰਘ ਬਾਦਲ ਅਤੇ ਰਾਮ ਰਹੀਮ ਦੇ ਵਿਚਾਲੇ ਇੱਕ ਨਹੀਂ ਬਲਕਿ ਕਈ ਵਾਰ ਮੁਲਾਕਾਤਾਂ ਹੋਈਆਂ ਸਨ। ਕਹਿ ਰਹੇ ਮੁਲਾਕਾਤਾਂ ਨੂੰ ਲੈ ਕੇ ਦਾਅਵੇ ਕੀਤੇ ਜਾ ਰਹੇ ਨੇ, ਪਰ ਇਸ ਸਭ ਦੇ ਵਿਚਾਲੇ ਕਾਬਲੇ ਗੌਰ ਵੀ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ। ਹੁਣ ਪ੍ਰਦੀਪ ਕਲੇਰ ਦੇ ਦਾਅਵਿਆਂ ਦਾ ਸੱਚ ਕਿਸ ਤਰੀਕੇ ਨਾਲ ਸਾਹਮਣੇ ਆਏਗਾ ਇਹ ਪਤਾ ਲੱਗੇਗਾ, ਇਹ ਜ਼ਰੂਰ ਸਵਾਲ ਹੈ। ਕਹਿ ਰਹੇ ਪੂਰੀ ਇੰਟਰਵਿਊ ਤੁਸੀਂ ਸਾਡੇ ਯੂਟਿਊਬ ਚੈਨਲ ਦੇ ਉੱਤੇ ਜਾ ਕੇ ਦੇਖ ਸਕਦੇ ਹੋ। ਪ੍ਰਦੀਪ ਕਲੇਰ ਦੇ ਨਾਲ ਜੋ ਗੱਲਬਾਤ ਨਿਊਜ਼ 18 ਪੰਜਾਬ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਪ੍ਰਦੀਪ ਕਲੇਰ ਨੇ ਹੁਣ ਕਿਹੜੇ ਦਾਅਵੇ ਕੀਤੇ ਨੇ, ਉਸ ਪੂਰੀ ਗੱਲਬਾਤ ਨੂੰ ਤੁਸੀਂ ਨਿਊਜ਼ 18 ਪੰਜਾਬ ਦੇ ਯੂਟਿਊਬ ਅਤੇ ਫੇਸਬੁੱਕ ਪੇਜ ਦੇ ਉੱਤੇ ਦੇਖ ਸਕਦੇ ਹੋ।
ਉਧਰ ਪ੍ਰਦੀਪ ਕਲੇਰ ਦੇ ਇੰਟਰਵਿਊ ਦੇ ਉੱਤੇ ਸਿਆਸੀ ਭੂਚਾਲ ਮਚਿਆ ਹੋਇਆ। ਤਮਾਮ ਇਲਜ਼ਾਮਾਂ ਤੋਂ ਬਾਅਦ ਅਕਾਲੀ ਦਲ ਦੇ ਵੱਲੋਂ ਵੀ ਇੱਕ ਬਾਕਾਇਦਾ ਪ੍ਰੈਸ ਕਾਨਫਰੰਸ ਕਰ ਦਿੱਤੀ ਗਈ। ਪਾਰਟੀ ਦੇ ਵੱਲੋਂ ਦਾਅਵਾ ਕੀਤਾ ਗਿਆ ਕਿ ਇਸ ਇੰਟਰਵਿਊ ਦੇ ਨਾਲ ਸਾਫ਼ ਹੋ ਗਿਆ ਕਿ ਇਸ ਨੂੰ ਸਰਕਾਰ ਅਤੇ ਏਜੰਸੀਆਂ ਨੇ ਆਪਣੇ ਫਾਇਦੇ ਦੇ ਲਈ ਕਰਵਾਇਆ। ਹੁਣ ਸਰਕਾਰ ਹੀ ਦੱਸੇ ਕਿ ਜੇਕਰ ਕਲੇਰ ਸੱਚ ਕਹਿ ਰਿਹਾ ਤਾਂ ਪਹਿਲਾਂ ਉਸ ਨੂੰ ਭਗੌੜਾ ਕਰਾਰ ਦੇ ਕੇ ਡਰਾਮਾ ਕਿਉਂ ਰਚਿਆ ਗਿਆ। ਕਰਾਇਆ ਤਾਂ ਸਰਕਾਰਾਂ ਨੇ, ਇਹ ਸਾਰੀ ਏਜੰਸੀਆਂ ਨੇ, ਕਿ ਹੁਣ ਸਰਕਾਰਾਂ ਦੱਸਣ ਕਿ ਜੇ ਪ੍ਰਦੀਪ ਕਲੇਰ ਸੱਚ ਕਹਿ ਰਿਹਾ ਤਾਂ ਇਹਨਾਂ ਨੇ ਫਿਰ ਉਹਨੂੰ ਪੀ ਓ ਕਰਕੇ ਅਤੇ ਭਗੌੜਾ ਦਿਖਾਉਣ ਦਾ ਡਰਾਮਾ ਕਿਉਂ ਰਚਿਆ। ਇਹ ਆਂਸਰ ਇਹਨਾਂ ਨੂੰ ਹੁਣ ਸਰਕਾਰਾਂ ਨੂੰ ਦੇਣਾ ਪਊਗਾ। ਅਕਾਲੀ ਦਲ ਦੀ ਮੰਨੀਏ ਤਾਂ ਅੱਜ ਮਕਸਦ ਬੇਅਦਬੀ ਦੀ ਸਜ਼ਾ ਦੇਣੀ ਨਹੀਂ ਬਲਕਿ ਇਹ ਹੋ ਗਿਆ ਕਿ ਉਹਨਾਂ ਦੀ ਪਾਰਟੀ ਨੂੰ ਕਟਹਿਰੇ 'ਚ ਕਿਵੇਂ ਖੜਾ ਕੀਤਾ ਜਾਵੇ। ਸਟੇਜ ਉਹੀ ਰਹੀ, ਆਬਜੈਕਟ ਸੇਮ ਰਿਹਾ, ਐਕਟਰ ਦੇ ਡਾਇਰੈਕਟਰ ਬਦਲਦੇ ਰਹੇ। ਜੋ ਮਕਸਦ ਤਾਂ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਦਾ ਨਹੀਂ, ਗੁਰੂ ਸਾਹਿਬ ਦੀ ਬੇਅਦਬੀ ਦਾ ਨਹੀਂ, ਮਕਸਦ ਤਾਂ ਇਹ ਹੈ ਕਿ ਅਕਾਲੀ ਦਲ ਅਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਟਹਿਰੇ ਕਿਵੇਂ ਖੜਾ ਕੀਤਾ ਜਾ ਸਕਦਾ। ਕੁੱਲ ਮਿਲਾ ਕੇ ਪ੍ਰਦੀਪ ਕਲੇਰ ਦੀ ਇੰਟਰਵਿਊ ਨੇ ਪੰਜਾਬ ਦੀ ਸਿਆਸਤ 'ਚ ਰਾਮ ਰਹੀਮ ਦੇ ਮਾਫ਼ੀਨਾਮੇ ਵਾਲੇ ਮੁੱਦੇ ਨੂੰ ਮੁੜ ਤੋਂ ਹਵਾ ਦੇ ਦਿੱਤੀ ਹੈ, ਜੇ ਸਿੱਧੇ ਤੌਰ ਦੇ ਉੱਤੇ ਅਕਾਲੀ ਦਲ ਨੂੰ ਹੀ ਕਟਹਿਰੇ 'ਚ ਖੜਾ ਕਰ ਰਹੀ ਹੈ। ਪਰ ਹੁਣ ਸਵਾਲ ਜ਼ਰੂਰ ਹੈ ਕਿ ਇਸ ਦਾ ਇੰਪੈਕਟ ਕਿਸ ਤਰੀਕੇ ਨਾਲ ਹੋ ਸਕਦਾ ਹੈ, ਕਿਉਂਕਿ ਇੱਕ ਪਾਸੇ ਇੰਤਜ਼ਾਰ ਹੋ ਰਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਕੀ ਆਦੇਸ਼ ਦਿੱਤੇ ਜਾਂਦੇ ਨੇ, ਕਿਉਂਕਿ ਆਪਣਾ ਸਪਸ਼ਟੀਕਰਨ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਸਾਹਿਬ ਨੂੰ ਸੌਂਪ ਚੁੱਕੇ ਨੇ ਕਿ ਬਾਕੀ ਪ੍ਰਦੀਪ ਕਲੇਰ ਦੀ ਸਟੇਟਮੈਂਟ ਐਸੇ ਸਮੇਂ ਦੇ ਉੱਤੇ ਆਈ ਜਦੋਂ ਜਥੇਦਾਰ ਸਾਹਿਬ ਤੱਕ ਇਹ ਪੂਰਾ ਮਾਮਲਾ ਪਹੁੰਚਿਆ ਹੋਇਆ। ਅਤੇ ਸਵਾਲ ਇਹ ਵੀ ਹੈ ਕਿ ਵਾਕਈ ਹੀ ਪ੍ਰਦੀਪ ਕਲੇਰ ਦੀਆਂ ਸਟੇਟਮੈਂਟਸ ਜਾਂ ਦਾਅਵੇ ਜੋ ਹੈਗੇ ਨੇ ਉਹ ਜਥੇਦਾਰ ਸਾਹਿਬ ਤੱਕ ਪਹੁੰਚਣਗੇ ਕਿ ਉਹਨਾਂ ਦੇ ਜਿਹੜੇ ਆਦੇਸ਼ ਨੇ ਉਹਨਾਂ ਨੂੰ ਵੀ ਕਿਸ ਤਰੀਕੇ ਨਾਲ ਪ੍ਰਭਾਵਿਤ ਕਰ ਸਕਦੇ ਨੇ, ਵੱਡਾ ਸਵਾਲ ਹੈ। ਪਰ ਜਦੋਂ ਕੋਈ ਆ ਕੇ ਡੇਰੇ ਦਾ ਕਰੀਬੀ ਇਲਜ਼ਾਮ ਲਗਾਵੇ, ਪਾਰਟੀ ਦੇ ਪ੍ਰਧਾਨ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਦੇਵੇ, ਫਿਰ ਫਰਕ ਤਾਂ ਪੈਂਦਾ। ਹੁਣ ਅੱਗੇ ਵੱਧਦੇ ਹਾਂ, ਖਬਰ ਅਕਾਲੀ ਦਲ ਦੇ ਨਾਲ ਹੀ ਜੁੜੀ ਹੋਈ ਹੈ। ਅਕਾਲੀ ਦਲ ਨੇ ਆਪਣੇ ਬਾਗੀਆਂ ਦੇ ਉੱਤੇ ਐਕਸ਼ਨ ਕਰ ਦਿੱਤਾ ਹੈ ਔਰ 8 ਬਾਗੀ ਆਗੂਆਂ ਨੂੰ ਪਾਰਟੀ ਤੋਂ ਕੱਢ ਦਿੱਤਾ। ਪਾਰਟੀ ਵਿਰੋਧੀ ਸਰਗਰਮੀਆਂ ਦੀ ਵਜ੍ਹਾ ਦੇ ਨਾਲ ਤਾਂ ਆਗੂਆਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਗਿਆ। ਪਾਰਟੀ ਤੋਂ ਕੱਢੇ ਗਏ ਇਹਨਾਂ ਆਗੂਆਂ ਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰਖੜਾ, ਸੁਰਿੰਦਰ ਸਿੰਘ ਠੇਕੇਦਾਰ ਅਤੇ ਚਰਨਜੀਤ ਸਿੰਘ ਬਰਾੜ ਸ਼ਾਮਿਲ ਨੇ। ਕੱਲ ਉਹਨਾਂ ਨੇ ਆਪਣੀ ਸੋ ਪੁਆਇੰਟ ਪ੍ਰੀਜ਼ੀਰੀਅਮ ਬਣਾ ਕੇ ਸਾਰੀਆਂ ਹੱਦਾਂ ਪਾਰ ਕਰ ਲਈਆਂ, ਜਿਸ ਦੀ ਗੰਭੀਰਤਾ ਨੂੰ ਵਿਚਾਰਦਿਆਂ ਹੋਇਆ ਸਾਰਿਆਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ। ਨਾਲ ਇਹ ਫੈਸਲਾ ਕੀਤਾ ਗਿਆ ਕਿ ਜਿਹੜੇ ਹਲਕਿਆਂ ਲਈ ਇਹ ਹਲਕਾ 4 ਦੇ ਤੌਰ 'ਤੇ ਮੈਂਟਰੀ ਕਰਦੇ ਸੀ ਉਹ ਵੀ ਤੁਰੰਤ ਤੌਰ 'ਤੇ ਉੱਥੋਂ ਹਟਾ ਦਿੱਤੇ ਗਏ ਨੇ। ਅਕਾਲੀ ਦਲ ਦੀ ਕਾਰਵਾਈ ਤੋਂ ਬਾਅਦ ਬਾਕੀ ਆਗੂਆਂ ਦੇ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ। ਜਿਹੜਾ ਉਹਨਾਂ ਨੇ ਕਾਰਵਾਈ ਕੀਤੀ ਆ ਬੜੀ ਘਬਰਾਹਟ ਕੀਤੀ ਆ, ਪਰ ਅਸੀਂ ਤਾਂ ਪਹਿਲੇ ਦਿਨ ਤੋਂ ਅਕਾਲੀ ਦਲ ਨੂੰ ਬਚਾਉਣ ਵਾਸਤੇ ਤੁਰੇ ਹਾਂ ਅਤੇ ਜਿਹੜਾ ਅਸੀਂ ਕੰਮ ਕਰ ਰਹੇ ਉਹਨਾਂ ਵਾਸਤੇ ਵੀ ਕਰ ਰਹੇ ਹਾਂ। ਜਿਹੜੇ ਉਹ ਜਿਹੜੇ ਬੈਠੇ ਨਾ, ਜਿਹੜੇ ਅੱਜ ਆਰਡਰ ਕਰ ਰਹੇ ਕਿਸੇ ਦੇ ਕਹਿਣ 'ਤੇ ਕਰ ਰਹੇ ਹਾਂ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਤੋਂ ਹੀ ਅਕਾਲੀ ਦਲ ਦੇ ਵਿੱਚ ਬਾਗੀ ਸੁਰ ਦੇਖਣ ਨੂੰ ਮਿਲ ਰਹੇ ਸਨ। ਬਰਖਾਸਤ ਕੀਤੇ ਗਏ ਆਗੂ ਸੁਖਬੀਰ ਬਾਦਲ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਰਹੇ ਨੇ। ਪਰ ਇਹ ਅਕਾਲੀ ਦਲ ਦੇ ਅੰਦਰ ਜਿਹੜੀ ਇੱਕ ਤਰਥੱਲੀ ਮਚੀ ਹੋਈ ਹੈ ਉਸਦੇ ਪੀਕ ਪੂਰਾ ਮਾਮਲਾ ਪਹੁੰਚਿਆ ਹੋਇਆ, ਕਿਉਂਕਿ ਇੰਨੇ ਵੱਡੇ ਆਗੂਆਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਸਭ ਦੇ ਵਿਚਾਲੇ ਇੰਤਜ਼ਾਰ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦਾ ਵੀ ਕੀਤਾ ਜਾ ਰਿਹਾ, ਕਿਉਂਕਿ ਬਾਗੀ ਧੜਾ ਹੀ ਸ਼ਿਕਾਇਤ ਲੈ ਕੇ ਅਕਾਲ ਤਖਤ ਸਾਹਿਬ ਪਹੁੰਚਿਆ ਸੀ, ਜਿਸ ਦੇ ਉੱਤੇ ਸੁਖਬੀਰ ਬਾਦਲ ਨੂੰ ਤਲਬ ਕੀਤਾ ਗਿਆ ਸੀ। ਖੈਰ, ਜਦੋਂ ਪਾਰਟੀ ਦੇ ਸੀਨੀਅਰ ਆਗੂ ਕਰੀਬ 8 ਤੋਂ 9 ਵੱਡੇ ਆਗੂਆਂ ਨੂੰ ਇੱਕ ਝਟਕੇ ਦੇ ਵਿੱਚ ਪਾਰਟੀ ਬਾਹਰ ਕੱਢ ਦੇਵੇ, ਫਿਰ ਪਾਰਟੀ ਨੂੰ ਫਰਕ ਤਾਂ ਪੈਂਦਾ।
ਅਗਲੀ ਖਬਰ ਦਾ ਰੁਖ ਕਰਦੇ ਹਾਂ। ਲੋਕ ਸਭਾ ਦੇ ਵਿੱਚ ਜਾਤੀਗਤ ਜਨਗਣਨਾ ਦੇ ਉੱਤੇ ਬੀਜੇਪੀ MP ਅਨੁਰਾਗ ਠਾਕੁਰ ਅਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਵਿਚਾਲੇ ਤਕਰਾਰ ਹੁੰਦੀ ਹੋਈ ਨਜ਼ਰ ਆਈ। ਅਨੁਰਾਗ ਠਾਕੁਰ ਨੇ ਰਾਹੁਲ ਗਾਂਧੀ ਦਾ ਨਾਮ ਲਏ ਬਿਨਾਂ ਕਿਹਾ ਕਿ ਜਿਸ ਦੀ ਜਾਤ ਦਾ ਪਤਾ ਨਹੀਂ ਉਹ ਗਣਨਾ ਦੀ ਗੱਲ ਕਰ ਰਿਹਾ। ਅਨੁਰਾਗ ਦੇ ਇਸ ਬਿਆਨ ਤੋਂ ਬਾਅਦ ਸਦਨ ਚ ਹੰਗਾਮਾ ਮਚ ਗਿਆ। ਜਿਸ ਕੀ ਜਾਤ ਕਾ ਪਤਾ ਨਹੀਂ ਵੋ ਗਣਨਾ ਕੀ ਬਾਤ ਕਰਤਾ ਹੈ। ਸਦਨ ਚ ਹੰਗਾਮਾ ਵਧਦਾ ਚਲਾ ਗਿਆ। ਇਸ ਵਿਚਾਲੇ ਰਾਹੁਲ ਆਪਣੀ ਸੀਟ ਤੋਂ ਉੱਠੇ ਅਤੇ ਫਿਰ ਕਿਹਾ ਕਿ ਉਹ ਇਸੀ ਸਦਨ ਦੇ ਵਿੱਚ ਜਾਤੀਗਤ ਜਨਗਣਨਾ ਨੂੰ ਪਾਸ ਕਰਕੇ ਦਿਖਾਣਗੇ। ਜਿਤਨਾ ਮੇਰਾ ਆਪ ਲੋਕ ਇਨਸਲਟ ਕਰਨਾ ਚਾਹਤੇ ਹੈ ਆਪ ਖੁਸ਼ੀ ਸੇ ਕਰੀਏ, ਆਪ ਰੋਜ਼ ਕਰੀਏ, ਮਗਰ ਇੱਕ ਬਾਤ ਮਤ ਭੁਲੀਏ, ਜਾਤੀ ਜਨਗਣਨਾ ਕੋ ਹਮ ਯਹਾਂ ਪਾਸ ਕਰਕੇ ਦਿਖਾਏਂਗੇ। ਰਾਹੁਲ ਦੇ ਬਿਆਨ ਤੇ ਫਿਰ ਅਨੁਰਾਗ ਠਾਕੁਰ ਨੇ ਉਹਨਾਂ ਨੂੰ ਲੈ ਕੇ ਬਿਆਨ ਦਿੱਤਾ ਅਤੇ ਉਧਾਰ ਦੀ ਬੁੱਧੀ ਨਾਲ ਸਿਆਸਤ ਨਹੀਂ ਚੱਲਦੀ ਤੇ ਇਸ ਗੱਲ ਤੇ ਵੀ ਸਦਨ ਚ ਹੰਗਾਮਾ ਹੋਇਆ। ਸਰ ਉਧਾਰ ਕੀ ਬੁੱਧੀ ਸੇ ਰਾਜਨੀਤੀ ਨਹੀਂ ਚਲਤੀ ਹੈ, ਉਧਾਰ ਕੀ ਬੁੱਧੀ ਸੇ ਰਾਜਨੀਤੀ ਨਹੀਂ ਚਲਤੀ ਹੈ। ਅਨੁਰਾਗ ਠਾਕੁਰ ਦੇ ਇਸ ਬਿਆਨ ਤੋਂ ਬਾਅਦ ਰਾਹੁਲ ਗਾਂਧੀ ਫਿਰ ਖੜੇ ਹੋਏ ਤੇ ਕਿਹਾ ਕਿ ਉਹਨਾਂ ਨੂੰ ਉਹਨਾਂ ਨੇ ਗਾਲੀ ਦਿੱਤੀ ਹੈ ਪਰ ਮਾਫੀ ਨਹੀਂ ਚਾਹੁੰਦੇ। ਅਨੁਰਾਗ ਠਾਕੁਰ ਜੀ ਨੇ ਮੈਨੂੰ ਇਨਸਲਟ ਕੀਤਾ ਹੈ, ਮਗਰ ਮੈਂ ਅਨੁਰਾਗ ਠਾਕੁਰ ਜੀ ਸੇ ਕੋਈ ਮਾਫੀ ਨਹੀਂ ਚਾਹਤਾ ਹੂੰ, ਮੈਨੂੰ ਕੋਈ ਮਾਫੀ ਕੀ ਜ਼ਰੂਰਤ ਨਹੀਂ ਹੈ, ਮੈਂ ਲੜਾਈ ਲੜ ਰਹਾ ਹੂੰ, ਜਿਤਨੀ ਆਪਕੋ ਗਾਲੀ ਦੇਣੀ ਹੈ ਮੈਂ ਆਪਸੇ ਕਭੀ ਮਾਫੀ ਨਹੀਂ ਮੰਗੂ, ਮੈਨੂੰ ਆਪਕੀ ਮਾਫੀ ਨਹੀਂ ਚਾਹੀਏ। ਕੁੱਲ ਮਿਲਾ ਕੇ ਜਾਤੀਗਤ ਜਨਗਣਨਾ ਦੇ ਮੁੱਦੇ ਉੱਤੇ ਸਦਨ 'ਚ ਹੰਗਾਮਾ ਹੋਇਆ ਅਤੇ ਅਨੁਰਾਗ ਠਾਕੁਰ ਕਹਿੰਦੇ ਰਹੇ ਕਿ ਉਹਨਾਂ ਨੇ ਕਿਸੇ ਦਾ ਨਾਮ ਨਹੀਂ ਲਿਆ, ਚਾਹੇ ਰਿਕਾਰਡ ਚੈੱਕ ਕਰਵਾ ਲਓ। ਗਾਲੀ ਦੇਣੀ ਹੈ ਮੈਂ ਆਪਸੇ